ਪੰਜਾਬ ਸਰਕਾਰ ਵੱਲੋਂ ਅੱਜ 100 ਦੇ ਕਰੀਬ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਖੇਡ ਪੁਰਸਕਾਰ ਦੇ ਨਾਲ ਨਿਵਾਜਿਆ ਗਿਆ। ਇੱਕ ਖਿਡਾਰੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਨਾਲ ਨਿਵਾਜਿਆ ਗਿਆ, ਪਾਵਰ ਲਿਫਟਰ ਰਜਿੰਦਰ ਸਿੰਘ ਰਹੇਲੂ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹਨਾਂ ਨੂੰ ਅੱਜ ਜਿਹੜਾ ਐਡਾ ਵੱਡਾ ਮਾਣ ਮਹਿਸੂਸ ਹੋਇਆ ਵੀ ਕਿਸ ਤਰ੍ਹਾਂ ਦਾ ਇਹਨਾਂ ਨੂੰ ਲੱਗ ਰਿਹਾ। ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ, ਹਰੇਕ ਖਿਡਾਰੀ ਦਾ ਇੱਕ ਸੁਪਨਾ ਹੁੰਦਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਪ੍ਰਾਪਤ ਕਰਨ ਦਾ। ਗੱਲ ਕਰੀਏ ਪੰਜਾਬ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ ਹੈ, ਤੁਹਾਨੂੰ ਕਿਸ ਤਰ੍ਹਾਂ ਦਾ ਅੱਜ ਮਾਣ ਮਹਿਸੂਸ ਹੋ ਰਿਹਾ ਜਾਂ ਕਿਸ ਤਰ੍ਹਾਂ ਲੱਗ ਰਿਹਾ? ਬਿਲਕੁਲ ਜੀ, ਇਹ ਤਾਂ ਬਹੁਤ ਇੱਕ ਖਿਡਾਰੀ ਦਾ ਸੁਪਨਾ ਹੁੰਦਾ ਕਿ ਸਾਨੂੰ ਪਹਿਲਾਂ ਸਟੇਟ ਅਵਾਰਡ ਜਿਹੜਾ ਆ ਰਣਜੀਤ ਸਿੰਘ ਅਵਾਰਡ ਆ ਉਹ ਮਿਲੇ ਅਤੇ ਸਾਡੇ ਆਪਣਿਆਂ ਵਿੱਚ ਪਹਿਚਾਣ ਬਣੇ। ਵੈਸੇ 2005 ਦੇ ਵਿੱਚ ਮੈਨੂੰ ਅਰਜਨ ਅਵਾਰਡ ਮਿਲਿਆ ਸੀਗਾ ਅਤੇ ਇਹ 2011 ਦਾ ਅੱਜ ਜਿਹੜਾ ਇਹ ਮਹਾਰਾਜਾ ਰਣਜੀਤ ਸਿੰਘ ਅਵਾਰਡ ਮਿਲਿਆ ਮੈਨੂੰ ਅਤੇ ਬਹੁਤ ਮੈਨੂੰ ਖੁਸ਼ੀ ਹੋ ਰਹੀ ਹੈ, ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਮੈਨੂੰ ਆਪਣੇ ਘਰ ਦੇ ਵਿੱਚ ਇੱਕ ਰਿਕਗਨੀਸ਼ਨ ਮਿਲੀ ਆ। ਇੱਕ ਗੱਲ ਕਰੀਏ, 2 ਲੱਖ ਰੁਪਇਆ ਕੈਸ਼ ਅਵਾਰਡ ਜਿਹੜੀ ਸਰਕਾਰ ਦੇ ਰਹੀ ਹੈ, ਪਰ ਸਰਕਾਰ ਨੇ ਨਵੀਂ ਪਾਲਿਸੀ ਦੇ ਵਿੱਚ 5 ਲੱਖ ਰੁਪਇਆ ਕੀਤਾ ਸੀਗਾ ਅਤੇ ਉਹ ਹਾਲੇ ਤੱਕ ਲਾਗੂ ਨਹੀਂ ਹੋਈ। ਤੁਹਾਨੂੰ ਲੱਗ ਨਹੀਂ ਰਿਹਾ ਵੀ ਜੋ ਇੰਨਾ ਸਰਕਾਰ ਨੇ ਲੰਬਾ ਸਮਾਂ ਬਾਅਦ ਦੇ ਵੀ ਰਹੀ ਆ, ਪ੍ਰਾਈਜ਼ ਦੇ ਰਹੀ ਆ, ਉਹ ਜੇ ਵਧਾ ਕੇ ਦਿੱਤਾ ਜਾਂਦਾ ਉਹ ਨਹੀਂ ਤੁਹਾਡੇ ਲਈ ਚੰਗਾ ਹੋਣਾ? ਨਹੀਂ, ਚਲੋ ਕੈਸ਼ ਪ੍ਰਾਈਜ਼ ਤਾਂ ਕੈਸ਼ ਤਾਂ ਕਿਹਨੂੰ ਨਹੀਂ ਚੰਗਾ ਲੱਗਦਾ, ਵਧੀਆ ਹੈ ਹੀ ਆ ਕਿ ਅਗਰ ਉਹ ਪੋਲਿਸੀ ਸੀਗੀ 10-11 ਸਾਲ ਸਾਨੂੰ ਇੰਤਜ਼ਾਰ ਵੀ ਕਰਾਇਆ ਅਗਰ ਵਧਾ ਦਿੰਦੇ, ਪਰ ਇਹ ਇੰਟਰਨਲ ਪੋਲਿਸੀਜ਼ ਆ ਸਰਕਾਰ ਦੀਆਂ, ਇਹਨਾਂ ਦੀ ਆਪਣੀ ਸੋਚਣੀ ਆ। ਖਿਡਾਰੀ ਤਾਂ ਡਿਮਾਂਡ ਇਹੀ ਕਰੂਗਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਮਿਲੇ। ਹਾਂਜੀ, ਪੈਰਾ ਐਥਲੀਟਸ ਲਈ ਸਰਕਾਰ ਕਿੰਨਾ ਕੁ ਕੁਝ ਅੱਜ ਕਰ ਰਹੀ ਹੈ ਗਰਾਊਂਡ ਲੈਵਲ? ਦੇਖੀਏ ਆਪਣਾ, ਤੁਸੀਂ ਵੀ ਬਹੁਤ ਮੈਡਲ ਜਿੱਤ ਕੇ ਆਏ ਹੋ, ਹੋਰ ਵੀ ਖਿਡਾਰੀ ਚੰਗਾ ਕਰ ਰਹੇ ਨੇ, ਪਰ ਸਰਕਾਰ ਦੀਆਂ ਨੀਤੀਆਂ ਪੈਰਾ ਐਥਲੀਟਸ ਲਈ ਕਿੰਨੀਆਂ ਕੁ ਕਾਰਗਰ ਨੇ? ਕੁਛ ਉਹਨਾਂ ਨੂੰ ਸਹੂਲਤਾਂ ਦੀ ਗੱਲ ਕਰੀਏ, ਮਿਲਦਾ ਕੁਛ ਜਾਂ ਨਹੀਂ ਮਿਲਦਾ? ਗਰਾਊਂਡ ਲੈਵਲ 'ਤੇ ਨਹੀਂ ਹਜੇ ਸ਼ੁਰੂ ਹੋਇਆ, ਆਪਾਂ ਇਹ ਕਹਿ ਸਕਦੇ ਵੀ ਗਰਾਊਂਡ ਲੈਵਲ 'ਤੇ ਤਾਂ ਨਹੀਂ ਹੈਗਾ, ਉਹ ਸੇਮ ਜਿਹੜਾ ਹੈਗਾ ਬੱਚੇ ਨਹੀਂ ਕਰਦੇ, ਜਾਂ ਕਹਿ ਲਈਏ ਵੀ ਜਿਹੜੇ ਇਹਨਾਂ ਨੇ ਅਕੈਡਮੀਆਂ ਬਣਾਈਆਂ ਉਹਨਾਂ ਵਿੱਚ ਇਹ ਭਰਤੀ ਨਹੀਂ ਹੈਗੀ ਅਤੇ, ਪਰ ਜਿਹੜਾ ਹਾਈ ਲੈਵਲ 'ਤੇ ਸਰਕਾਰ ਨੇ, ਪੰਜਾਬ ਸਰਕਾਰ ਨੇ ਜਿਹੜੀ ਨਵੀਂ ਪੋਲਿਸੀ ਬਣੀ ਆ ਅਕਤੂਬਰ ਦੇ ਵਿੱਚ 18 ਦੇ ਵਿੱਚ ਬਣੀ ਆ, ਉਹਦੇ ਵਿੱਚ ਕੈਸ਼ ਪ੍ਰਾਈਜ਼ ਐਡ ਪਰ ਕਰਤਾ, ਓਲੰਪਿਕ ਦਾ, ਏਸ਼ੀਆ ਗੇਮਾਂ ਦਾ, ਕਾਮਨਵੈਲਥ ਗੇਮਾਂ ਦਾ, ਵਰਲਡ ਚੈਂਪੀਅਨਸ਼ਿਪ ਦਾ ਐਡ ਪਰ ਕਰ ਦਿੱਤਾ ਆ, ਫਿਰ ਜਿਹੜੇ ਆ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਪੁਆਇੰਟ ਸਾਡੇ ਐਡ ਪਰ ਕਰ ਦਿੱਤੇ ਆ, ਰਿਜ਼ਰਵ ਕਰਤੀ ਸੀਟ ਲੇਕਿਨ ਐਡ ਪਰ ਕਰਤੇ ਆ ਵੀ ਜਿਹੜਾ ਤੁਸੀਂ ਉਹਦੇ ਵਿੱਚ ਲੈ ਸਕਦੇ ਆ। ਤਾਂ ਪਰ ਮੈਨੂੰ ਲੱਗਦਾ ਵੀ ਜਦੋਂ ਉਹਨੂੰ ਲਾਗੂ ਕਰਨ ਦੀ ਗੱਲ ਆਉਂਦੀ ਵਿੱਚ ਕਿਤੇ ਨਾ ਕਿਤੇ ਥੋੜ੍ਹੀ ਹਜੇ ਢਿੱਲ ਮਹਿਸੂਸ ਮੈਂ ਕਰ ਰਿਹਾ, ਕਿਉਂਕਿ ਐਜ ਏ ਕੋਚ ਮੇਰਾ ਇੱਕ ਪਲੇਅਰ ਆ ਜਿਹੜਾ ਜਕਾਰਟਾ ਇੰਡੋਨੇਸ਼ੀਆ ਦੇ ਵਿੱਚ ਪੈਰਾ ਏਸ਼ੀਅਨ ਗੇਮ ਹੋਈਆਂ ਉਹਦੇ ਵਿੱਚੋਂ ਬ੍ਰੌਂਜ਼ ਮੈਡਲ ਲੈ ਕੇ ਆਇਆ, ਅਤੇ 2 ਮੁੰਡੇ ਹੋਰ ਪੰਜਾਬ ਦੇ ਆ, ਇੱਕ ਅਥਲੈਟਿਕਸ ਵਿੱਚ ਆ, ਇੱਕ ਬੈਡਮਿੰਟਨ ਦੇ ਵਿੱਚ ਆ, 3 ਬੰਦੇ ਟੋਟਲ ਪੰਜਾਬ ਦੇ ਜਿਹੜੇ ਪੈਰਾ ਏਸ਼ੀਆ ਗੇਮਾਂ ਦੇ ਵਿੱਚੋਂ ਮੈਡਲ ਜਿੱਤਿਆ। ਪੋਲਿਸੀ ਦੇ ਵਿੱਚ ਐਡ ਪਰ ਕੈਸ਼ ਪ੍ਰਾਈਜ਼ ਦਾ ਪ੍ਰਾਵਧਾਨ ਹੈ, ਬਾਕੀ ਜਿਹੜੀ ਆਪਣੀ ਜਨਰਲ ਟੀਮ ਸੀ ਏਸ਼ੀਆ ਦੀ ਜਕਾਰਟਾ ਦੀ ਉਹਨਾਂ ਨੂੰ ਸਨਮਾਨ ਤਾਂ ਕਰ ਚੁੱਕੇ ਆ, ਉਹ 3 ਪਲੇਅਰ ਆ, ਉਹ ਹਜੇ ਨਹੀਂ ਉਹ ਕੀਤਾ ਉਹਨਾਂ ਨੂੰ, ਤਾਂ ਮੈਨੂੰ ਤਾਂ ਇਹ ਲੱਗਦਾ ਕਿ ਜੀ ਜਦੋਂ ਉਹਨਾਂ ਨੂੰ ਕੀਤਾ ਅਤੇ ਜਾਂ ਇਸੇ ਫੰਕਸ਼ਨ ਦੇ ਵਿੱਚ ਉਹ ਵੀ ਕੈਸ਼ ਪ੍ਰਾਈਜ਼ ਉਹਨਾਂ ਨੂੰ ਦੇਣ ਦੇ, ਤਾਂ ਕਿ ਜੋ ਔਨ ਪੇਪਰ ਆ ਉਹ ਗਰਾਊਂਡ 'ਤੇ ਵੀ ਹੋਵੇ ਤਾਂ ਸਾਰਿਆਂ ਨੂੰ ਵਧੀਆ ਗੱਲ ਹੁੰਦੀ ਹੈ। ਤੁਸੀਂ ਕਹਿ ਸਕਦੇ ਹੋ ਵੀ ਸਰਕਾਰਾਂ ਜਿਹੜੀਆਂ ਸਿਰਫ ਪੇਪਰ ਔਨ ਪੇਪਰ ਗੱਲਾਂ ਕਰਦੀਆਂ ਨੇ ਪਰ ਉਹਨਾਂ ਨੂੰ ਗਰਾਊਂਡ ਲੈਵਲ 'ਤੇ ਲਾਗੂ ਨਹੀਂ ਕਰਦੀਆਂ? ਚਲੋ ਇਹ ਮੰਨ ਸਕਦੇ ਹਾਂ ਕਿਉਂਕਿ ਜਦੋਂ ਹੋਇਆ ਨਹੀਂ ਤਾਂ ਆਪਾਂ ਇਹੀ ਕਹਾਂਗੇ, ਕਿਉਂਕਿ ਅਗਰ ਜਦੋਂ ਜਿਹੜੀਆਂ ਸਪਤੰਬਰ ਦੇ ਵਿੱਚ ਏਸ਼ੀਆ ਪੈਰਾ ਸੋਰੀ ਏਸ਼ੀਅਨ ਗੇਮਾਂ ਹੋਈਆਂ ਉਹਨੂੰ ਅਕਤੂਬਰ 'ਚ ਦੇ ਸਕਦੇ 1 ਮਹੀਨੇ ਬਾਅਦ, ਅਤੇ ਜਿਹੜੀਆਂ ਅਕਤੂਬਰ ਦੇ ਵਿੱਚ ਪੈਰਾ ਏਸ਼ੀਅਨ ਗੇਮਾਂ ਹੋਈਆਂ ਉਹਨਾਂ ਨੂੰ ਜੇ 7-8 ਮਹੀਨੇ ਬੀਤ ਚੁੱਕਿਆ ਤਾਂ ਮੈਨੂੰ ਲੱਗਦਾ ਕਹਿਣਾ ਗਲਤ ਨਹੀਂ। ਪਰ ਉਹ ਜਿਹੜਾ ਪੈਰਾ ਜਿਹੜੀ ਤੁਸੀਂ ਗੱਲ ਕਰੋ, ਕਾਮਨਵੈਲਥ ਖੇਡਾਂ ਵੀ ਹੋ ਚੁੱਕੀਆਂ ਨੇ, ਹਾਲੇ ਤੱਕ ਉਹਦਾ ਵੀ ਮੈਨੂੰ ਲੱਗਦਾ ਪ੍ਰਾਈਜ਼ ਜਿਹੜਾ ਸਰਕਾਰ ਜਿਹੜਾ ਕਾਮਨਵੈਲਥ ਏਸ਼ੀਆ ਦਾ ਇਕੱਠਾ ਦਿੱਤਾ ਸੀਗਾ ਜਨਰਲ ਦਾ, ਅਤੇ ਸਾਡਾ ਪੈਰਾ ਖਿਡਾਰੀਆਂ ਦਾ 3 ਬੰਦਿਆਂ ਦਾ ਕੈਸ਼ ਪ੍ਰਾਈਜ਼ ਜਿਹੜਾ ਬਾਕੀ ਪਿਆ ਆ ਉਹ ਕੋਈ ਗੱਲ ਵਗੈਰਾ ਕੀਤੀ ਖਿਡਾਰੀਆਂ ਦੇ, ਤੁਸੀਂ ਕੋਚ ਵੀ ਹੋ ਐਜ਼ ਏ, ਕੋਈ ਸਰਕਾਰ ਵੱਲੋਂ ਕੀ ਤੁਹਾਨੂੰ ਰਿਸਪੌਂਸ? ਇਹ ਅਸੀਂ ਜਦੋਂ 3 ਮੈਡਲ ਲੈ ਕੇ ਆਏ ਹਾਂ ਏਸ਼ੀਆ ਪੈਰਾ ਗੇਮਾਂ ਦੇ ਵਿੱਚੋਂ, 3 ਖਿਡਾਰੀ ਅਸੀਂ ਖੇਡ ਮੰਤਰੀ ਸਾਹਿਬ ਨੂੰ ਮਿਲੇ ਸੀਗੇ ਔਰ ਸੈਕਟਰੀ ਸਾਹਿਬ ਵੀ ਸੰਜੇ ਸੀਗੇ ਨਾਲ, ਤਾਂ ਡਾਇਰੈਕਟਰ ਸਾਹਿਬ, ਮਤਲਬ ਟੋਟਲ ਮੀਟਿੰਗ ਹੋਈ ਸੀ ਸਾਡੀ, ਉਹਨਾਂ ਨੇ ਸਾਨੂੰ ਇਹ ਆਸ਼ਵਾਸਨ ਦਿੱਤਾ ਸੀਗਾ ਵੀ ਜਦੋਂ ਰਣਜੀਤ ਸਿੰਘ ਅਵਾਰਡ ਦੇਵਾਂਗੇ ਤਾਂ ਨਾਲ ਦਿਨ 3 ਪਲੇਅਰਾਂ ਨੂੰ ਵੀ ਅਸੀਂ ਨਾਲ ਸਨਮਾਨਿਤ ਕਰ ਦਾਂਗੇ, 3 ਪਲੇਅਰਾਂ ਦਾ ਕੋਈ ਵੱਖਰਾ ਫੰਕਸ਼ਨ ਕਰਨਾ ਤੁਹਾਡੇ ਬਣਦਾ ਨੀਗਾ ਜਾਂ ਐਡਾ ਫੰਕਸ਼ਨ ਕਰਨਾ ਮੁਸ਼ਕਲ ਆ। ਅਤੇ ਅੱਜ ਰਣਜੀਤ ਸਿੰਘ ਅਵਾਰਡ ਦੇ ਦਿੱਤਾ ਪਰ ਉਹ 3 ਖਿਡਾਰੀ ਫਿਰ ਅਣਗੌਲੇ ਹੋ ਗਏ ਜਾਂ ਕਹਿ ਲਈਏ, ਉਹਨਾਂ ਨੂੰ ਉਸ ਆਪਣੀ ਮੈਡਲ ਦੀ ਮੈਨੂੰ ਲੱਗਦਾ ਖੁਸ਼ੀ ਹੌਲੀ 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 ਮੱਧਮ ਪੈਂਦੀ ਜਾਏਗੀ, ਕਿ ਲਿਆਂਦਾ ਜਿੱਦਾਂ ਹੁਣ ਸੈਂਟਰ ਸਰਕਾਰ ਕਰਦੀ ਆ, ਸੈਂਟਰ ਸਰਕਾਰ ਦੀ ਇੱਕ ਪੋਲਿਸੀ ਮੈਨੂੰ ਬਹੁਤ ਵਧੀਆ ਲੱਗੀ ਆ, ਅਗਰ ਤੁਸੀਂ ਲੈਂਡ ਹੁੰਦੇ ਆ ਤੁਹਾਨੂੰ ਦੂਜੇ ਦਿਨ ਬੁਲਾ ਕੇ ਤੁਹਾਨੂੰ ਕੈਸ਼ ਪ੍ਰਾਈਜ਼ ਦੇ ਦਿੰਦੇ ਆ, ਤਾਂ ਸਾਰਿਆਂ ਨੂੰ ਵਧੀਆ ਚੀਜ਼ ਆ ਉਹ, ਕਿਉਂ ਮੈਂ ਖੁਦ ਦੇਖ ਚੁੱਕਾ 2014 ਵਿੱਚ ਵੀ, 2018 ਵਿੱਚ ਵੀ ਉਹਨਾਂ ਨੇ ਇਹੀ ਕੀਤਾ ਕਿ ਸਾਡੀ ਜਦੋਂ ਫਲਾਈਟ ਆ ਉਸ ਤੋਂ ਦੂਸਰੇ ਦਿਨ ਹੀ ਉਹ ਬੁਲਾਉਂਦੇ ਆ ਅਤੇ ਕੈਸ਼ ਪ੍ਰਾਈਜ਼ ਦੇ ਦਿੰਦੇ ਆ, ਅਤੇ ਇਹ ਇੱਦਾਂ ਹੀ ਮੈਂ ਚਾਹੁੰਦਾ ਵੀ ਸਰਕਾਰ, ਪੰਜਾਬ ਸਰਕਾਰ ਵੀ ਕਰੇ ਤਾਂ ਬਹੁਤ ਵਧੀਆ ਗੱਲ ਹੈ ਜੀ। ਇੱਕ ਆਖਰੀ ਸਵਾਲ ਮੇਰਾ, ਤੁਸੀਂ ਵੀਲ ਚੇਅਰ 'ਤੇ ਬਹਿ ਕੇ ਪਾਵਰ ਲਿਫਟਿੰਗ ਕਰਦੇ ਹੋ, ਤੁਸੀਂ ਇੱਕ ਸਭ ਦੇ ਲਈ ਮਿਸਾਲ ਕਾਇਮ ਕੀਤੀ ਆ ਹੁਣ ਤੱਕ, ਜੋ ਅੱਜ ਦੀ ਪੀੜ੍ਹੀ ਹੈ ਜਿਹੜੀ ਬਾਹਰ ਜਾਂਦੀ
ਜਿਹੜੀ ਹੈ ਉਹ ਕੰਮ ਨਹੀਂ ਕਰ ਪਾਉਂਦੇ ਹਰੇਕ ਦਾ ਮਾਪਿਆਂ ਦਾ ਵੀ ਕਹਿ ਲਓ ਗਿਲਾ ਸ਼ਿਕਵਾ ਰਹਿੰਦਾ ਕੋਈ ਹੋਰ ਵੀ ਜਿਹੜੇ ਉਹਨਾਂ ਦੇ ਗਿਲੇ ਸ਼ਿਕਵੇ ਰਹੇ ਨੇ ਤੁਸੀਂ ਯੂਥ ਨੂੰ ਬੇਸਿਕਲੀ ਯੂਥ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਇੱਕ ਤੁਸੀਂ ਵੀਲ ਚੇਅਰ 'ਤੇ ਬਹਿ ਕੇ ਤੁਸੀਂ ਹੈਂਡੀਕੈਪਟ ਇੱਕ ਕੈਟਾਗਰੀ ਦੇ ਵਿੱਚ ਆਉਂਦੇ ਹੋ ਤਾਂ ਤੁਸੀਂ ਐਡਾ ਵੱਡਾ ਮੁਕਾਮ ਹਾਸਲ ਕਰਤਾ ਕਈ ਮੈਡਲ ਤੁਸੀਂ ਹੁਣ ਤੱਕ ਜਿੱਤ ਸਕੋ ਯੂਥ ਲਈ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਵੀ ਜਿਹੜੀਆਂ ਖੇਡਾਂ ਵੱਲ ਜੁੜਿਆ ਜਾਵੇ ਤਾਂ ਕਿ ਉਸਦੇ ਲਈ ਹੋਰ ਵੀ ਜਿਹੜੀਆਂ ਖੇਡ ਪੰਜਾਬ ਦਾ ਨਾਮ ਰੋਸ਼ਨ ਕਰ ਸਕੇ ਜੀ ਯੂਥ ਲਈ ਮੇਰਾ ਇਹੀ ਮੰਨਣਾ ਕਿ ਮੈਂ ਸਾਰੀ ਯੂਥ ਨੂੰ ਇਹ ਕਹਿਣਾ ਚਾਹੁੰਦਾ ਕਿ ਮਨ ਦੀ ਸ਼ਕਤੀ ਨਾਲ ਅਸੀਂ ਸਭ ਕੁਝ ਕਰ ਸਕਦੇ ਹਾਂ ਜਿਹਨੂੰ ਅਸੀਂ ਵਿਲ ਪਾਵਰ ਕਹਿੰਦੇ ਹਾਂ ਸਾਡੀ ਵਿਲ ਪਾਵਰ ਮਜ਼ਬੂਤ ਹੋਣੀ ਚਾਹੀਦੀ ਆ ਮੈਨੂੰ ਆਪਣਾ ਮੇਰਾ ਪਰਸਨਲ ਵਿਊ ਇਹ ਆ ਕਿ ਜਿਹੜਾ ਸਾਡਾ ਸੋਸ਼ਲ ਮੀਡੀਆ ਵਗੈਰਾ ਆ ਚੁੱਕਾ ਨਾ ਸੋਸ਼ਲ ਮੀਡੀਆ ਯੂਥ ਨੂੰ ਖਰਾਬ ਕਰ ਰਿਹਾ ਸਾਰੇ ਮੰਨ ਰਹੇ ਆ ਪਰ ਸਾਡੇ ਯੂ ਮਤਲਬ ਜਿਹੜਾ ਵੀ ਮੀਡੀਆ ਆ ਇੰਟਰਨੈਟ ਆ ਉਹਦੇ ਵਿੱਚ ਚੰਗੀਆਂ ਚੀਜ਼ਾਂ ਬਹੁਤ ਆ ਮੈਂ ਯੂਥ ਨੂੰ ਅਪੀਲ ਕਰਨਾ ਚਾਹੁੰਦਾ ਵੀ ਉਹਦੇ ਵਿੱਚ ਮੋਟੀਵੇਸ਼ਨ ਟਾਕ ਜਾਂ ਮੋਟੀਵੇਸ਼ਨ ਜਿਹੜੇ ਅੱਛੇ ਖਿਡਾਰੀ ਆ ਜਾਂ ਅੱਛੇ ਜਿਨ੍ਹਾਂ ਨੇ ਕੁਛ ਕੀਤਾ ਆ ਉਹਨਾਂ ਦੀ ਸਪੀਚ ਸੁਣਨ ਅਤੇ ਆਪਣੇ ਬਿਲ ਪਾਵਾ ਤਾਂ ਜੇ ਚੰਗੀ ਚੀਜ਼ ਸੁਣਾਂਗੇ ਤਾਂ ਚੰਗਾ ਮਨ ਬਣੂਗਾ ਜੇ ਅਸੀਂ ਮਾੜੀ ਚੀਜ਼ ਸੁਣਾਂਗੇ ਤਾਂ ਮਾੜਾ ਮਨ ਬਣੂਗਾ ਜਿਹੋ ਜਿਹੀ ਚੀਜ਼ ਅਸੀਂ ਮਤਲਬ ਸੰਗਤ ਕਰਦੇ ਹਾਂ ਉਹੋ ਜਿਹਾ ਰੰਗਤ ਹੁੰਦੀ ਆ ਜੀ ਅਤੇ ਮੈਂ ਮੰਨਦਾ ਕਿ ਯੂਥ ਨੂੰ ਕਿ ਜਿਹੜਾ ਮੀਡੀਆ ਆ ਸਾਡਾ ਸੋਸ਼ਲ ਮੀਡੀਆ ਆ ਇਹਦੇ ਉੱਤੇ ਚੰਗੀਆਂ ਚੀਜ਼ਾਂ ਸਰਚ ਕਰਨ ਚੰਗੀ ਚੀਜ਼ਾਂ ਤੋਂ ਚੰਗੀ ਸਿੱਖਿਆ ਲੈਣ ਆਪਣੀ ਵਿਲ ਪਾਵਰ ਵਧਾਉਣ ਅਤੇ ਵਿਲ ਪਾਵਰ ਦੇ ਨਾਲ ਆਪਾਂ ਕੁਛ ਵੀ ਲੈ ਸਕਦੇ ਹਾਂ ਜੀ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ ਇਹ ਸਨ ਰਜਿੰਦਰ ਸਿੰਘ ਜਿਨ੍ਹਾਂ ਨੇ ਇੱਕ ਬਹੁਤ ਹੀ ਚੰਗਾ ਸੁਨੇਹਾ ਦਿੱਤਾ ਯੂਥ ਦੇ ਲਈ ਕਿ ਆਪਣੀ ਵਿਲ ਪਾਵਰ ਵਧਾ ਕੇ ਚੱਲਣ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਕਿਉਂਕਿ ਜੇ ਸੋਸ਼ਲ ਮੀਡੀਆ ਤੋਂ ਦੂਰ ਰਹਿਣਗੇ ਤਾਂ ਹੀ ਖੇਡਾਂ ਵੱਲ ਉਹ ਜਾ ਸਕਦੇ ਨੇ ਉਹਨਾਂ ਵਿੱਚ ਮੱਲਾਂ ਮਾਰ ਸਕਦੇ ਨੇ ਅਤੇ ਮਹਾਰਾਜ ਰਣਜੀਤ ਸਿੰਘ ਅਵਾਰਡ ਪਾ ਕੇ ਵੀ ਅੱਜ ਇਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਨਾਲ ਹੀ ਇਹਨਾਂ ਦਾ ਕਹਿਣਾ ਵੀ ਸਰਕਾਰ ਜਿਹੜੀ ਹੈ ਗਰਾਊਂਡ ਲੈਵਲ 'ਤੇ ਕੰਮ ਕਰੇ ਤਾਂ ਕਿ ਖਿਡਾਰੀਆਂ ਦੇ ਲਈ ਬਿਹਤਰ ਹੋਰ ਹੋ ਸਕੇ ਕੈਮਰਾ ਪਰਸਨ ਅਮਿਤ ਸ਼ਰਮਾ ਦੇ ਨਾਲ ਹਰਪਿੰਦਰ ਸਿੰਘ ABP ਸਾਂਝਾ ਚੰਡੀਗੜ੍ਹ ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ABP ਸਾਂਝਾ ਤੇ ਜਾ ਕੇ ਬੈਲ ਆਈਕਨ ਦਬਾਓ ਤੇ ABP ਸਾਂਝਾ ਨੂੰ ਸਬਸਕ੍ਰਾਈਬ ਕਰੋ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਤੁਹਾਡੇ ਆਪਣੇ ਭਰੋਸੇਯੋਗ ਚੈਨਲ ABP ਸਾਂਝਾ ਤੇ ਤੁਸੀਂ ਵੇਖ ਰਹੇ ਹੋ ABP ਸਾਂਝਾ ਜੋਸ਼ ਜਜ਼ਬਾ ਜਨੂਨ